दोस्तों, निरोग दिवस स्थान के यूट्यूब चैनल आरबीलाई मीडिया में आपका स्वागत है। फिरोजपुर से आ रही है। फिरोजपुर के समीप सड़क दुर्घटना में एक महिला चिकित्सक की मौत हो गई है। फरीदकोट मेडिकल कॉलेज में एमडी आई स्पेशलिस्ट डॉक्टर चेष्टा गेड़ा की दर्दनाक मौत हो गई। डॉक्टर चेष्टा गेड़ा फरीदकोट से फिरोजपुर की तरफ आ रही थी कि रास्ते में एक सेना वाहन के साथ उनकी टक्कर हो गई। सेना वाहन सड़क के किनारे खड़ा था, उनकी कार इस सेना वाहन से टकरा गई। टक्कर होते ही कार चकनाचूर हो गई, जबकि मौके पर ही डॉक्टर चेष्टा गेड़ा की मौत हो गई है। देख कार से यह हादसा हुआ है, फिरोजपुर के समीप यह हादसा हुआ है, जिसमें फरीदकोट मेडिकल कॉलेज की एमडी आई स्पेशलिस्ट डॉक्टर चेष्टा गेड़ा की दर्दनाक मौत हो गई है। उनके शव को फिरोजपुर के सिविल अस्पताल की मोर्चरी में रखवाया गया है, जहाँ पर उनका पोस्टमार्टम करके शव परिजनों के सुपुर्द किया जाएगा। आपको लाइव कवरेज दिखा रहा हूँ, हमारे प्रतिनिधि सुखचैन सिंह द्वारा यह तस्वीरें हमें भेजी जा रही, हम आपको दिखा रहे हैं। बने रहे हमारे साथ, देखते रहे हमारा चैनल। ਭਾਜੀ ਕੀ ਗੱਲ ਹੋਈ ਹੈ ਇੱਥੇ ਜਿਹੜਾ ਐਕਸੀਡੈਂਟ ਹੋ ਗਿਆ ਹੈ? ਮੈਂ ਗੱਡੀ ਕ੍ਰੋਸ ਕਰਕੇ ਗਿਆ, ਫੌਜੀ ਗੱਡੀ ਖੜੀ ਹੋਈ ਸੀਗੀ। ਉਸ ਤੋਂ ਬਾਅਦ 100 ਮੀਟਰ ਅੱਗੇ ਗਿਆ ਤਾਂ ਪਿੱਛੇ ਐਕਸੀਡੈਂਟ ਹੋ ਗਿਆ। ਇਹ ਪਿੱਛੋਂ ਸਪੀਡ ਨਾਲ ਆਏ ਨੇ ਜਾਂ ਕਿਵੇਂ ਵੀ, ਉਹ ਤਾਂ ਮੈਂ ਨਹੀਂ ਕਹਿ ਸਕਦਾ, ਕਿਉਂਕਿ ਮੈਂ ਤਾਂ ਅੱਗੇ ਸੀਗਾ ਗੱਡੀ ਹੈ ਨਾ। ਇਹ ਤੁਹਾਨੂੰ ਕ੍ਰੋਸ ਕੀਤੇ ਕਿ ਨਹੀਂ? ਕਾਰ ਕ੍ਰੋਸ ਕੀਤੀ ਸੀ? ਮੈਨੂੰ ਕ੍ਰੋਸ ਨਹੀਂ ਕੀਤੀ। ਕਾਰ ਤੁਸੀਂ ਜਦੋਂ ਅੱਗੇ ਲੰਘ ਚੁੱਕੇ ਸੀ ਤਾਂ ਕਾਫੀ ਧਮਾਕਾ ਹੋਇਆ ਪਿੱਛੇ? ਬਿਲਕੁਲ ਧਮਾਕਾ, ਇਸੇ ਕਰਕੇ ਆਵਾਜ਼ ਸੁਣ ਕੇ ਮੈਂ ਪਿੱਛੇ ਵਾਪਸ ਆਇਆ। ਤੇ ਕੀ ਦੇਖਿਆ ਫਿਰ ਉਹਦੇ 'ਚ? ਕੀ ਦੇਖਿਆ, ਗੱਡੀ ਦਾ ਐਕਸੀਡੈਂਟ ਹੋਇਆ ਪਿਆ ਸੀਗਾ। ਤੇ ਜਾਨ ਮਾਲ ਦਾ ਨੁਕਸਾਨ ਵੀ ਹੋਇਆ ਕੋਈ? ਜਾਨੀ ਮੇਰੇ ਹਿਸਾਬ ਨਾਲ ਪੇਸ਼ੈਂਟ ਦੀ, ਡਰਾਈਵਰ ਜੋ ਡਰਾਈਵ ਕਰ ਰਹੇ ਹੋਣੇ ਮੌਕੇ ਦੇ ਮੌਤ ਹੋ ਗਈ। ਡਰਾਈਵਰ ਕੌਣ ਸੀਗਾ? ਲੜਕੀ ਸੀ? ਲੜਕੀ ਸੀ, ਸਿੰਗਲ ਹੀ ਸੀਗੀ, ਇੱਕੋ ਹੀ। ਉਹਨਾਂ ਨੂੰ ਲੈ ਗਏ ਡੈੱਡ ਬੋਡੀ? ਉਹਨਾਂ ਡੈੱਡ ਬੋਡੀ ਉਹਨਾਂ ਪੇਰੈਂਟ ਨੂੰ ਫੋਨ ਕੀਤਾ, ਉਹ ਆ ਕੇ ਲੈ ਗਏ ਸੀ ਅੱਧੇ ਘੰਟੇ ਤੱਕ। ਜਿਹੜਾ ਅੱਜ ਇਹ ਹਾਦਸਾ ਹੋਇਆ, ਇਹ ਕੌਣ ਹੈਗੇ ਸੀ, ਕਿੱਥੇ ਹੋਇਆ ਵੈ? ਡਾਕਟਰ ਚੇਸ਼ਟਾ ਹੈ, ਡਾਕਟਰ ਚੇਸ਼ਟਾ ਖੇੜਾ, ਇਹ ਐਮਡੀ ਆਈ ਦੀ ਗੱਡੀ ਸੀ ਉੱਥੇ ਫਰੀਦਕੋਟ, ਅਤੇ ਪਤਾ ਲੱਗਿਆ ਉੱਥੇ ਵਾਪਸ ਕਿਤੇ ਆ ਰਹੇ ਸੀ ਫਰੀਦਕੋਟ ਤੋਂ, ਅਚਾਨਕ ਟਰੱਕ ਨਾਲ ਐਕਸੀਡੈਂਟ ਹੋ ਗਿਆ। ਅਤੇ ਹੁਣ ਡੈੱਡ ਬੋਡੀ ਸਿਵਲ ਹੋਸਪਿਟਲ ਹੈ? ਪ੍ਰਾਈਵੇਟ ਸਿਵਲ ਹੋਸਪਿਟਲ ਲੈ ਕੇ ਆਏ ਨੇ ਘਰਦੇ, ਹੁਣ ਪੁਲਿਸ ਹੋਊਗਾ ਕਿ ਨਾ ਪੋਸਟਮਾਰਟਮ ਹੋਏਗਾ, ਫਿਰ ਉਸ ਤੋਂ ਬਾਅਦ।